ਕਹਿੰਦੇ ਹਨ ਜਾਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ। ਇਹ ਕਹਾਵਤ ਇੱਕ ਵਾਰ ਫਿਰ ਦੇਖਣ ਨੂੰ ਮਿਲੀ ਹੈ। ਲਹਿਰਾ ਗਾਗਾ ਦੇ ਪਿੰਡ ਰਾਏ ਧਰਾਣਾ ਵਿੱਚ ਇੱਕ ਕਲਯੁਗੀ ਮਾਂ ਨੇ ਆਪਣੀ ਨਵ ਜੰਮੀ ਬੱਚੀ ਨੂੰ ਮਾਰਨ ਦੀ ਨੀਅਤ ਨਾਲ ਕਣਕ ਦੇ ਖੇਤਾਂ ਵਿੱਚ ਸੁੱਟ ਦਿੱਤਾ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਨਵ ਜੰਮੀ ਬੱਚੀ ਦੀ ਜਾਨ ਬਚ ਗਈ ਅਤੇ ਉਸਨੂੰ ਨਵੇਂ ਮਾਪੇ ਵੀ ਮਿਲ ਗਏ। ਪਿੰਡ ਰਾਏ ਧਰਾਣਾ ਢਡਿਆਲ ਰੋਡ 'ਤੇ ਅਜੈਬ ਸਿੰਘ ਦੇ ਘਰ ਨੇੜੇ ਖੇਤਾਂ ਵਿੱਚ ਸਵੇਰੇ 6 ਵਜੇ ਨਵ ਜੰਮੀ ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ। ਮੌਕੇ 'ਤੇ ਲੋਕਾਂ ਵੱਲੋਂ ਐਂਬੂਲੈਂਸ ਨੂੰ ਫੋਨ ਕੀਤਾ ਗਿਆ ਅਤੇ ਬੱਚੀ ਨੂੰ ਚੁੱਕ ਕੇ ਸਿਵਲ ਹਸਪਤਾਲ ਲਿਜਾਇਆ ਗਿਆ। ਪੰਚਾਇਤ ਦੀ ਸਹਿਮਤੀ ਨਾਲ ਅੰਗਹੀਨ ਕੁਲਵਿੰਦਰ ਕੌਰ ਪਤਨੀ ਪੂਰਨ ਚੰਦ ਵਾਸੀ ਰਾਏ ਧਰਾਣਾ ਨੇ ਬੱਚੀ ਨੂੰ ਗੋਦ ਲੈਣ 'ਤੇ ਅਤੇ ਪਾਲਣ ਪੋਸ਼ਣ ਦਾ ਐਲਾਨ ਕੀਤਾ, ਜਿਸ ਬਾਰੇ ਡਿਪਟੀ ਕਮਿਸ਼ਨਰ ਸੰਗਰੂਰ ਤੋਂ ਮਨਜ਼ੂਰੀ ਲਈ ਜਾਵੇਗੀ। ਉੱਧਰ ਹਸਪਤਾਲ ਦੇ ਮੈਡੀਕਲ ਅਫਸਰ ਡਾਕਟਰ ਸੂਰਜ ਸ਼ਰਮਾ ਨੇ ਬੱਚੀ ਦੀ ਸਿਹਤ ਦੀ ਜਾਂਚ ਕਰਨ ਮਗਰੋਂ ਉਸ ਨੂੰ ਸ਼ਿਸ਼ੂ ਕੇਂਦਰ ਵਿੱਚ ਰੱਖਣ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਸਵੇਰੇ ਸਾਡੇ ਕੋਲ 10 ਵਜੇ ਦੇ ਕਰੀਬ ਇੱਕ ਅਣਪਛਾਤੀ ਨਵਜੰਮੀ ਬੱਚੀ ਲੈ ਕੇ ਆਏ 108 ਵਾਲੇ, ਜਿਹੜਾ ਕਿ ਦੱਸਿਆ ਜਾ ਰਿਹਾ ਵੀ ਮਾਮਲਾ ਜੋ ਨਵਜੰਮੀ ਬੱਚੀ ਸੀਗੀ ਉਹ ਬਿਨਾਂ ਕਿਸੇ ਕੱਪੜੇ ਤੋਂ ਉੱਥੇ ਲਾਗੇ ਪਲੋਟ ਦੇ ਵਿੱਚ ਪਈ ਸੀਗੀ ਅਤੇ ਉੱਥੇ ਦੇ ਲੋਕਾਂ ਨੇ ਇਕੱਠੇ ਹੋ ਕੇ ਪੁਲਿਸ ਨੂੰ ਵੀ ਬੁਲਾਇਆ ਉੱਥੇ ਅਤੇ ਨਾਲ 108 ਵਾਲਿਆਂ ਨੂੰ ਵੀ ਸੱਦਿਆ। 108 ਵਾਲਿਆਂ ਨੇ ਜਦੋਂ ਸਾਡੇ ਕੋਲ ਉਹ ਬੱਚੀ ਲੈ ਕੇ ਆਏ ਅਤੇ ਬੱਚੀ ਦੀ ਹਾਲਤ ਠੀਕ ਨਹੀਂ ਸੀ, ਉਹਨੂੰ ਇਮੀਡੀਏਟਲੀ ਅਸੀਂ ਫਸਟ ਏਡ ਦੇ ਕੇ ਅਤੇ ਸਿਵਲ ਹੋਸਪਿਟਲ ਸੰਗਰੂਰ ਦੇ ਵਿੱਚ ਰੈਫਰ ਕਰ ਦਿੱਤਾ। ਸਰ ਸਾਡੇ ਪਿੰਡ ਸਵੇਰੇ ਸਰ ਪਤਾ ਲੱਗਿਆ ਕਿ ਕਣਕ ਦੇ ਵਿੱਚ ਕੋਈ ਬੱਚੀ ਨੂੰ ਸਵੇਰੇ 6:30 ਵਜੇ ਇਹ ਪਿੰਡ ਵਿੱਚ ਸਾਨੂੰ ਪਤਾ ਲੱਗਿਆ। ਸਰਦਾਰ ਹਰਬੰਸ ਸਿੰਘ ਸਾਹਿਬ ਦਾ ਮੈਂਬਰ ਹੈ ਜੀ, ਉਹਨੇ ਸਾਨੂੰ ਸਲਾਹ ਦਿੱਤੀ ਜੀ, ਅਸੀਂ ਮੌਕੇ 'ਤੇ ਪਹੁੰਚੇ ਅਤੇ ਜਾ ਕੇ ਹਰਬੰਸ ਸਿੰਘ ਪਰਿਵਾਰ ਨੇ ਵੀ ਲੜਕੀ ਦੀ ਦੇਖਭਾਲ ਕੀਤੀ। ਉਸ ਤੋਂ ਬਾਅਦ ਪੁਲਿਸ ਮੁਲਾਜ਼ਮ ਪਹੁੰਚੇ ਜੀ ਅਤੇ ਫਿਰ ਅਸੀਂ ਲਹਿਰੇ ਪਹੁੰਚੇ ਹੋਸਪਿਟਲ ਲੈ ਕੇ ਲੜਕੀ ਪਹੁੰਚੇ ਹਾਂ ਜੀ। ਅੱਗੇ ਬੱਚੀ ਦਾ ਕੀ ਕਰ ਰਹੇ ਸੀ ਤੁਸੀਂ ਬੱਚੀ ਦਾ? ਸਰ ਜੀ ਜੋ ਲੜਕੀ ਹੈ ਉਹ ਸਾਡੇ ਪਿੰਡ ਦੇ ਪੰਡਿਤ ਨੇ ਪੂਰਨ ਚੰਦ ਜੀ, ਉਹਨਾਂ ਨੇ ਗੋਦ ਲੈ ਲਈ ਲੜਕੀ ਅਤੇ ਸਾਰੇ ਪਿੰਡ ਵਾਸੀਆਂ ਨੇ ਸਹਿਯੋਗ ਦੇ ਨਾਲ ਇਹਨਾਂ ਨੂੰ ਗੁੱਡੀ ਜਿਹੜੀ ਲੜਕੀ ਹੈ ਇਹਨਾਂ ਨੇ ਗੋਦ ਲੈ ਲਈ। ਓਕੇ, ਲੜਕੀ ਦਾ ਤਕਰੀਬਨ ਜੀ ਸਾਡੇ ਹਿਸਾਬ ਨਾਲ ਤਾਂ ਵੀ 1:30-2 ਵਜੇ ਦਾ 2 ਵਜੇ ਦਾ ਜਨਮ ਸਾਨੂੰ ਦਿਖਾਈ ਦੇ ਰਿਹਾ ਅਤੇ ਅੱਗੇ ਤੋਂ ਬੱਚੇ ਦਾ ਜੀ ਮਤਲਬ ਉੱਥੇ ਮੌਕੇ 'ਤੇ ਜਿਹੜੇ ਪਹੁੰਚੇ ਮਤਲਬ ਇਸ ਬੱਚੀ ਨੂੰ ਲੈਣ ਲਈ ਬਹੁਤ ਚਾਹਵਾਨ ਸੀ ਵੀ ਅਸੀਂ ਬੱਚੀ ਨੂੰ ਲੈਣਾ ਅਤੇ ਪਰ ਪਿੰਡ ਵਾਲੇ ਨੇ ਸੋਚ ਕੇ ਇਹ ਮੁੰਡਾ ਪੂਰਨ ਚੰਦ ਜੀ ਪੂਰਨ ਚੰਦ ਜੀ ਹਾਂਜੀ ਇਹ ਪੰਡਿਤ ਪਰਿਵਾਰ ਦੇ ਵਿੱਚੋਂ ਹੈ, ਇਹਨਾਂ ਦੇ ਘਰ ਕੋਈ ਬੱਚਾ ਨਹੀਂ ਅਤੇ ਇਸਦੀ ਜਿਹੜੀ ਪਤਨੀ ਹੈ ਉਹ ਵੀ ਹੈਂਡੀਕੈਪਟ ਹੈ ਅਤੇ ਇਹਨਾਂ ਨੇ ਇਸ ਲੜਕੀ ਦੀ ਮੰਗ ਕੀਤੀ ਵੀ ਜੇ ਬੱਚੀ ਸਾਨੂੰ ਦਿੱਤੀ ਆ ਠੀਕ ਤਾਂ ਜੀ ਅਸੀਂ ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ ਦੇ ਵਿੱਚ ਅਤੇ ਆਪਣੇ 108 ਐਂਬੂਲੈਂਸ ਦੇ ਮੁਲਾਜ਼ਮ ਵੀ ਉੱਥੇ ਮੌਜੂਦਾ ਸੀਗੇ ਅਤੇ ਪਿੰਡ ਵਾਸੀਆਂ ਵੱਲੋਂ ਅਸੀਂ ਇਹਨਾਂ ਨੂੰ ਬੱਚੀ ਇਹਨੇ ਝੋਲੀ ਬਹੁਤ। ਨਿਊਜ਼ ਡੈਸਕ ਤੋਂ ਰਜੀਤ ਸ਼ਰਮਾ ਦੇ ਨਾਲ, ਲਹਿਰਾ ਗਾਗਾ ਤੋਂ ਕੈਮਰਾਮੈਨ ਮਨਿੰਦਰ ਵਰਮਾ ਦੇ ਨਾਲ ਅਨਿਲ ਜੈਨ ਦੀ ਰਿਪੋਰਟ, ਪੰਜਾਬ ਨਾਓ।